वाहे गुरु जी वाहे गुरु वाहे गुरु वाहे निधान जगत गुरु हे संसार ताप वर्ण करुणा में सब दुख गुरु हे शरण जोग दयाल दीनानाथ मया करो शरीर स्वस्थ कीन समय सिमरंत नानक राम दामोदर माधव मन में चितों चितवनी उद्यम करो उठ नीत हर कीर्तन काया खजो हर देहो नानक के जिन सुन मने अड़ी अकथ कगाणीरा बोले गुरबणीरा बोले गुरबणीरा जाग सलोनड़ी ये बोले गुरबणी रा जिन सुन मने अड़ी जिन सुन मने अड़ी अकथ कगाणीरा बोले गुरबणीरा बोले गुरबणीरा बोले गुरबणीरा बोले गुरबणीरा जाग सलोनड़िए बोले गुरबणीरा जाग सलोनड़िए बोले गुरबणीरा
மண்ணே அடி மண்ணே அடி அக்கச்சி கோலே குருபணி போலே குருபணி போலே குருபணி போலே குருபணி ஜாக்கிருஷ்ணியே போலே குருபணி ஜாக்கிருஷ்ணியே போலே குருபணி கத்தி பத்து நிர்வாணி கத்து கோவிலா குருமக்கு பூஜே அக்கி பத் நிர்வாணி அக்கி பத் நிர்வாணி கோவிலா குருமக்கு शब्द सुनाए आप गवाए ओह शब्द सुनाए आप गवाए அக்கி போல குருபணி போல குருபணி போல குருபணி போல குருபணி ஜாக்கிருஷ்ணியே போல குருபணி ஜாக்கிருஷ்ணியே போல குருபணி ஜென்ன சொன்ன மண்ணேடி மண்ணேடி அக்கத்து கடீர போல குருபணி போல குருபணி ஜாக்கிருஷ்ணியே ஜாக்கிருஷ்ணியே.
பிறகு அத்தீத் அப்புறம்பர் ராத்தாதக அத்தீத் அப்புறம்பர் ராத்தா ரக அத்தீத் அப்புறம்பர் ராத்தாதக அத்தீத் அப்புறம்பர் ராத்தா குண Oh.
நடியே போல குருபாணியோ जाग सलो नड़िए बोले गुरबाणी रा जिन सुन मने अड़ी अकाशी कहानी रा बोले गुरबाणी रा बोले गुरबाणी रा जाग सलो नड़िए बोले गुरबाणी रा वाहिगुरु 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 रल के थोड़ा जहा टका नाल बोलो ना आखो वाहिगुरु 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 संगत जी शब्द सच्चे पातशाह दे रहे ने मित्र कनेरे कर थकी मेरा दुख घट है कोई असली मित्र वो है जदों भी आवाज मारो जिथे भी आवाज मारो जे मौजूद है ते असल मित्र है जे वो आउंदा नहीं जे मौजूद नहीं हुंदा फिर वो मित्रता ही अधूरी है। विपत परी
ਸਭੂ ਸੰਗ ਛਾਡਤ ਕਉ ਨਾ ਆਵਤ ਮੇਰਾ ਸੁਖ ਮੈਂ ਆਣ ਬਹੁਤ ਮਿਲ ਬੈਠਤ ਰਹਿਤ ਚਹੁ ਦਿਸ ਘੇਰੇ ਵਿਪਤ ਪਰੀ ਸਭੀ ਸੰਗ ਛਾਡਤ ਕਬੂ ਕਉ ਨਾ ਆਵਤ ਨੇਰੇ ਸੁਖ ਵਿੱਚ ਸਾਰੇ ਮਿੱਤਰ ਨੇ ਵਿਪਦਾ ਪਈ ਵਾਜ ਮਾਰੀ ਕੋਈ ਨਹੀਂ ਸਤਿਗੁਰੂ ਸਮਝਾਉਂਦੇ ਨੇ ਇੱਕ ਮਿੱਤਰ ਐਸਾ ਹੈ ਹੁਣ ਸਰੀਰ ਹੋਵੇ ਮਿੱਤਰ ਦਾ ਤੇ ਉਹ ਕਿਸੇ ਥਾਂ ਤੇ ਹੋਏਗਾ ਕਿਸੇ ਥਾਂ ਤੇ ਨਹੀਂ ਹੋਏਗਾ ਕਿਸੇ ਸ਼ਹਿਰ ਦਾ ਇਕੱਲੇ ਇੱਕ ਸ਼ਹਿਰ ਦਾ ਵਸਨੀਕ ਹੋਏਗਾ ਨਾ ਜੇ ਅਸੀਂ ਦੂਜੇ ਸ਼ਹਿਰ ਚਲੇ ਗਏ ਤੇ ਉਹਨੂੰ ਆਵਾਜ਼ ਮਾਰਾਂਗੇ ਤੇ ਉਹ ਪਹੁੰਚ ਨਹੀਂ ਸਕਦਾ ਇੱਕ ਨਗਰ ਦਾ ਵਸਨੀਕ ਹੋਏਗਾ ਤੇ ਆਵਾਜ਼ ਮਾਰਾਂਗੇ ਤੋਂ ਸਾਡੇ ਨਗਰ ਤੱਕ ਪਹੁੰਚ ਨਹੀਂ ਬਣਾ ਸਕਦਾ ਸਾਨੂੰ ਪ੍ਰੋਬਲਮ ਆ ਗਈ ਪਰ ਇੱਕ ਐਸਾ ਮਿੱਤਰ ਹੈ ਜਿਹਦਾ ਸਰੀਰ ਨਹੀਂ ਪਰ ਹਰ ਥਾਂ ਤੇ ਮੌਜੂਦ ਹੈ ਪਰ ਕਮਾਲ ਦੀ ਬਾਤ ਹੈ ਉਹਨੂੰ ਜਿੱਥੇ ਆਵਾਜ਼ ਮਾਰੋ ਉਹ ਹਾਜ਼ਰ ਹੈ ਉਹ ਸਿਰਫ ਕਹਿੰਦਾ ਮੈਨੂੰ ਆਵਾਜ਼ ਮਾਰ ਜੇ ਆਵਾਜ਼ ਨਹੀਂ ਵੀ ਮਾਰ ਸਕਦਾ ਕਈ ਵਾਰੀ ਮੂੰਹ ਆਵਾਜ਼ ਨਹੀਂ ਨਿਕਲਦੀ ਤੇਰੀ ਸੁਰਤ ਵਿੱਚ ਧਿਆਨ ਵੀ ਆ ਗਿਆ ਨਾ ਉਸ ਮਿੱਤਰ ਦਾ ਤੇ ਉਹਨੇ ਖੜੇ ਜਾਣਾ ਆ ਕੇ ਮੌਜੂਦ ਹੋ ਜਾਣਾ ਦੁੱਖ ਸੁੱਖ ਸਿਮਰੀ ਆਖੋ ਦੁੱਖ ਸੁੱਖ ਸਿਮਰੀ ਤੈਂ ਮੌਜੂਦ ਮੌਜੂਦ ਹੋ ਜਾਂਦਾ ਇੰਨਾ ਪਿਆਰਾ ਮਿੱਤਰ ਹੈ ਇਹ ਸਵੇਰੇ ਸੱਚੇ ਪਾਤਸ਼ਾਹ ਨੇ ਸ਼ਬਦ ਗਵਾਇਆ ਮੇਰਾ ਜੀ ਕਰਦਾ ਸੀ ਬਾਰ ਬਾਰ ਇਹੀ ਜੀ ਕਰਦਾ ਬਈ ਇਹ ਦੋ ਸ਼ਬਦ ਤੁਹਾਨੂੰ ਮੈਂ ਸੁਣਾਵਾਂ ਆਪ ਵੀ ਸੁਣਾ ਤੇ ਤੁਹਾਨੂੰ ਵੀ ਸੁਣਾਵਾਂ ਬੜੇ ਟਿਕਾ ਨਾਲ ਸਤਿਗੁਰੂ ਨੇ ਸਵੇਰੇ ਸ਼ਬਦ ਗਵਾਇਆ ਵਾਹਿਗੁਰੂ ਕਿਰਪਾ ਕਰੇ ਗੁਰੂ ਗ੍ਰੰਥ ਸਾਹਿਬ ਹੁਣ ਵੀ ਗਵਾਉਣ ਮਿੱਤਰ ਘਨੇਰੇ ਕਰ ਥੱਕੀ ਮੈਂ ਬਹੁਤ ਮਿੱਤਰ ਦੇਖੇ ਸਤਿਗੁਰੂ ਸੱਚ ਗੱਲ ਹੈ ਕਈ ਜਗ੍ਹਾ ਐਸੀਆਂ ਨੇ ਜਿਹੜੀਆਂ ਮਿੱਤਰ ਖੜੇ ਵੀ ਹੋਣ ਤੇ ਕੁਛ ਨਹੀਂ ਕਰ ਸਕਦਾ ਕੁਛ ਵੀ ਨਹੀਂ ਕਰ ਸਕਦਾ ਇੰਨਾ ਦਰਦ ਹੁੰਦਾ ਬੰਦੇ ਦੇ ਹਰ ਤਰਫੋਂ ਡਾਕਟਰ ਕਹਿੰਦੇ ਨੇ ਇਹਨੂੰ ਵਿਣ ਦਿਓ ਇੱਧਰੋਂ ਛੇਕ ਉਧਰੋਂ ਛੇਕ ਇੱਧਰੋਂ ਨਾੜੀ ਉਧਰੋਂ ਨਾੜੀ ਹੁਣ ਬੱਚੇ ਤੇ ਇਹ ਸੋਚਦੇ ਨੇ ਇਹਦਾ ਇਲਾਜ ਕਰਾਉਣਾ ਦੇ ਇੰਜੈਕਸ਼ਨ ਦੇ ਇੰਜੈਕਸ਼ਨ ਵੈਂਟੀਲੇਟਰ ਤੇ ਪਿਆ ਪੈਸਾ ਸੁੱਟ ਰਹੇ ਨੇ ਅੱਗੇ ਪਿੱਛੇ ਸਭ ਕੁਝ ਕਰ ਰਹੇ ਨੇ ਪਰ ਬੰਦਾ ਹੱਥੋਂ ਜਾ ਰਿਹਾ ਕੋਈ ਦਰਦ ਉਹਦਾ ਮੁਕਾ ਨਹੀਂ ਪਾ ਰਿਹਾ ਕੋਈ ਨਹੀਂ ਦਰਦ ਲੈ ਪਾ ਰਿਹਾ ਉੱਥੇ ਜੇ ਕੋਈ ਸਹਾਇਤਾ ਕਰਦਾ ਹੈ ਨਾ ਤੇ ਉੱਥੇ ਵਾਹਿਗੁਰੂ ਜੀ ਦਾ ਨਾਮ ਹੀ ਕਰਦਾ ਜੇ ਉੱਥੇ ਸ਼ਬਦ ਨੂੰ ਆਵਾਜ਼ ਮਾਰ ਲਈ ਜਾਏ ਤੇ ਜੇ ਸ਼ਬਦ ਦਾ ਧਿਆਨ ਹੋ ਜਾਏ ਤੇ ਅਜਾਮਲ ਕੋ ਅੰਤ ਕਾਲ ਮੈਂ ਨਾਰਾਇਣ ਸੁਧ ਆਈ ਜਾਂ ਗਤ ਕੋ ਜੋਗੇਸ਼ਰ ਬਾਂਛਤ ਸੋ ਗਤ ਛਿਨ ਮੈਂ ਪਾਈ ਆਵਾਜ਼ ਮਾਰੀ ਅਜਾਮਲ ਪਾਪੀ ਜਗ ਜਾਣਾ ਜਿਸ ਪਾਪੀ ਕੋ ਮਿਲੇ ਨਾ ਢੋਈ ਸ਼ਰਨ ਆਵੇ ਤਾਂ ਨਿਰਮਲ ਹੋਈ ਪਾਪੀ ਨੂੰ ਧਿਆਨ ਆ ਗਿਆ ਮੈਂ ਇੰਨਾ ਵੱਡਾ ਪਾਪੀ ਹਾਂ ਹੁਣ ਮੇਰੀ ਕੋਈ ਸਹਾਇਤਾ ਨਹੀਂ ਕਰ ਸਕਦਾ ਪਰ ਇੱਕ ਵਾਹਿਗੁਰੂ ਹੈ ਜਿਹੜਾ ਪਾਪੀ ਦੀ ਵੀ ਸਹਾਇਤਾ ਕਰਦਾ ਉਹਨੇ ਆਵਾਜ਼ ਮਾਰੀ ਤੇ ਰੱਬ ਆ ਕੇ ਖੜਾ ਹੋ ਗਿਆ ਕਹਿੰਦਾ ਮਾਰੀ ਤੇ ਆ ਨਾ ਆਵਾਜ਼ ਮੈਨੂੰ ਹੀ ਮਾਰੀ ਆ ਨਾ ਤੇਰਾ ਆਸਰਾ ਤੇ ਮੈਂ ਆਣਾ ਆ ਕੇ ਖੜਾ ਹੋ ਗਿਆ ਮਿੱਤਰ ਘਨੇਰੇ ਕਰ ਥੱਕੀ ਮੇਰਾ ਦੁੱਖ ਘੱਟ ਹੈ ਕੋਈ ਬੜੇ MLA ਨਾਲ ਦੋਸਤੀ ਪਾਈ ਬੜੇ ਵੱਡੇ ਵੱਡੇ ਨੇਤਾ ਨਾਲ ਦੋਸਤੀ ਪਾਈ ਪਰ ਦੇਖਿਆ ਕੋਈ ਕੰਮ ਨਹੀਂ ਆ ਸਕਦਾ ਇਹ ਕਿੱਦਾਂ ਕਿਹੜਾ ਦੋਸਤ ਮਿਲਿਆ ਜਿਹੜਾ ਕੰਮ ਆਇਆ ਮਿਲ ਪ੍ਰੀਤਮ ਦੁੱਖ ਕੱਟਿਆ ਕਿੰਨੇ ਕੱਟਿਆ ਸ਼ਬਦ ਮਿਲਾਵਾ ਹੋਏ ਬੜਾ ਪਿਆਰਾ ਸ਼ਬਦ ਹੈ ਮਿੱਤਰ ਘਨੇਰੇ ਕਰ ਥੱਕੀ ਮੇਰਾ ਦੁੱਖ ਕਾਟੇ ਕੋਈ ਹਾਂ ਮਿੱਤਰ ਘਨੇਰੇ
कर थकी मेरा दुख काटे कोई, मित्र कनेरे कर थकी मेरा दुख काटे कोई। हाँ मित्र कनेरे कर थकी मेरा दुख काटे कोई। मिल प्रीतम दुख कटिया, मिल प्रीतम दुख कटिया, शब्द मिला हो। मिल प्रीतम दुख कटिया, मिल प्रीतम दुख कटिया, शब्द मिला हो। शब्द मिला मित्र कनेरे कर थकी मेरा दुख काटे कोई। मित्र कनेरे कर थकी मेरा दुख काटे कोई। मिल प्रीतम दुख कटिया, मिल प्रीतम दुख कटिया, मिल प्रीतम दुख कटिया, शब्द मिला पाओ। शब्द मिला पाओ मित्र कनेरे कर थकी मेरा दुख काटे कर थकी मेरा दुख काटे को। गुणमंती सच पाया, गुणमंती सच पाया, तृष्णा तज विकार, तृष्णा तज विकार, गुर शब्दी मन रंगिया, गुर शब्दी मन रंगिया, मन रंग गया, गुर शब्दी मन
ਗੁਰ ਸ਼ਬਦੀ ਮਨ ਰੰਗਿਆ, 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 ਰਸਨਾ ਤੇ ਮੁਕਤਿਆ, ਰਸਨਾ ਤੇ ਮੁਕਤਿਆ, ਬਿਨ ਸਤਿਗੁਰ ਕਿਨੈ ਨਾ ਪਾਇਓ, ਸਤਿਗੁਰ ਕਿਨੈ ਨਾ ਪਾਇਓ, ਸਤਿਗੁਰ ਕਿਨੈ ਨਾ ਪਾਇਓ, ਕਰ ਦੇਖੋ ਮਨ ਵਿਚਾਰ, ਕਰ ਦੇਖੋ ਮਨ ਵਿਚਾਰ, ਮਨ ਮੁਖ ਮੈਲ ਨਾ ਉਤਰੇ, ਮਨ ਮੁਖ ਮੈਲ ਨਾ ਉਤਰੇ, ਮਨ ਮੁਖ ਗੁਰ ਸ਼ਬਦ ਨ ਕਰੇ ਪਿਆਰ, ਜਿੱਚਰ ਗੁਰ ਸ਼ਬਦ ਨ ਕਰੇ ਪਿਆਰ, ਮਿੱਤਰ ਖਨੇਰੇ ਕਰ ਥੱਕੀ, ਮੇਰਾ ਦੁੱਖ ਕਾਟੇ ਕਰ ਥੱਕੀ, ਮੇਰਾ ਦੁੱਖ ਕਾਟੇ ਕੋਇ, ਹਮਿਲ ਪ੍ਰੀਤਮ ਦੁੱਖ ਕੱਟਿਆ, ਸ਼ਬਦ ਮਿਲਾ ਬਹੋ, ਸ਼ਬਦ ਮਿਲਾ ਬਹੋ, ਮਿੱਤਰ ਕਨੇਰੇ ਕਰ ਥੱਕੀ, ਮੇਰਾ ਦੁੱਖ ਕਾਟੇ ਕੋਇ, ਮਿੱਤਰ ਮੇਰਾ ਦੁੱਖ ਕਾਟੇ ਮਨ ਮੇਰੇ, ਮਨ ਮੇਰੇ, ਮਨ ਮੇਰੇ, ਮਨ ਮੇਰੇ, ਸਤਿਗੁਰ ਕੇ ਭਾਣੇ ਚੱਲ ਚੱਲ, ਸਤਿਗੁਰ ਕੇ ਭਾਣੇ ਚੱਲ, ਹਾਂ
मन मेरे मन मेरे मन मेरे सतगुर के भाने चल सतगुर के भाने चल निज घर बसे अमृत पीवे निज घर बसे अमृत पीवे निज घर बसे अमृत पीवे से अमृत पीवे अमृत पीवे ता सुख लगे महल ता सुख लगे महल मित्र कने रे मेरा दुख काटे कोई मित्र कने रे मेरा दुख काटे कोई मिल प्रीतम दुख कटिया मिल प्रीतम दुख कटिया मिल प्रीतम दुख कटिया मिल प्रीतम दुख कटिया दुख कटिया मिल
ਲੱਭ ਹੋਏ ਸ਼ਬਦ ਮਿਲਾਬ ਹੋਏ ਨਿੱਤਰ ਕਨੇਰੇ ਕਰ ਥੱਕੀ ਮੇਰਾ ਦੁੱਖ ਕਾਟ ਮੇਰਾ ਦੁੱਖ ਕਾਟ ਸ਼ਬਦ ਨਾ ਜਾਣੀ ਅਵਗਣ ਸੋ ਪ੍ਰਭ ਦੂਰ ਅਵਗਣ ਸੋ ਪ੍ਰਭ ਦੂਰ ਜਿੰਨੀ ਸੱਚ ਪਛਾਣਿਆ ਪਛਾਣਿਆ ਸੱਚ ਰਤੇ ਭਰਪੂਰ ਹਾਂ ਸੱਚ ਰਤੇ ਭਰਪੂਰ ਗੁਰ ਸ਼ਬਦੀ ਮਨ ਬੇਤਿਆ ਸ਼ਬਦੀ ਮਨ ਬੇਤਿਆ ਗੁਰ ਸ਼ਬਦੀ ਮਨ ਬੇਤਿਆ ਪ੍ਰਭ ਮਿਲਿਆ ਆਪ ਬਦੂਰ ਪ੍ਰਭ ਮਿਲਿਆ ਆਪ ਬਦੂਰ ਮਿੱਤਰ ਕਨੇਰੇ ਕਰ ਥੱਕੀ ਮੇਰਾ ਦੁੱਖ ਕਾਟੇ ਪਾਏ ਮਿੱਤਰ ਕਨੇਰੇ ਕਰ ਥੱਕੀ ਮੇਰਾ ਦੁੱਖ ਕਾਟੇ ਪਾਏ ਮਿਲ ਪ੍ਰੀਤਮ ਕੱਟਿਆ ਮਿਲ ਪ੍ਰੀਤਮ ਦੁੱਖ ਕੱਟਿਆ
Oh, man.
ਸ਼ਬਦ ਸਮਾਏ ਸੱਚੇ ਸ਼ਬਦ ਸਮਾਏ ਸੱਚੇ ਸ਼ਬਦ ਸਮਾਏ ਸੱਚੇ ਸ਼ਬਦ ਸਮਾਏ ਮਿੱਤਰ ਖਨੇਰੇ ਕਰ ਥੱਕੀ ਮੇਰਾ ਦੁੱਖ ਕਾਟੇ ਕੋਏ ਮਿੱਤਰ ਖਨੇਰੇ ਕਰ ਥੱਕੀ ਮੇਰਾ ਦੁੱਖ ਕਾਟੇ ਕੋਏ ਮਿਲ ਪ੍ਰੀਤਮ ਮਿਲ ਪ੍ਰੀਤਮ ਦੁੱਖ ਕੱਟਿਆ ਸ਼ਬਦ ਮਿਲਾਵੋ ਸ਼ਬਦ ਮਿਲਾਵੋ ਮਿੱਤਰ ਕਨੇ ਕਰ ਮੇਰਾ ਦੁੱਖ ਕਾਟੇ ਸੱਚ ਰਾਸ ਹੈ ਸੱਚ ਖੱਟਣਾ ਸੱਚ ਰਾਸ ਹੈ ਸੱਚੇ ਸੱਚੀ ਸੋਏ ਸੱਚੇ ਸੱਚੀ ਸੋਏ ਸੱਚ ਗੁਰਮੁਖ ਹੋਏ ਨਾਨਕ ਗੁਰਮੁਖ ਹੋਏ
ਕਨੇਰੇ ਕਰ ਥੱਕੀ ਮੇਰਾ ਦੁੱਖ ਪਾਤੈ ਪ੍ਰੀਤ ਤੋਂ ਮਿਲ ਸਿਆ ਲਾਗੀ ਪ੍ਰੀਤ ਤੋਂ ਮਿਲ ਸਿਆ
ਕਹਿਆ ਕਰਨਾ ਚੱਲੇ ਜਾ ਕਹਿਆ ਜਾ ਕਹਿਆ ਦਰਗਾਹ ਚੱਲੇ ਸੋ ਕਿਸ ਕੋ ਨਜ਼ਰ ਲਿਆ ਵੈ ਤਲੇ ਜਾਂਦਾ ਸਭ ਕਿਛ ਤਾਂ ਸਦਾ ਸੁਖ ਹੋਏ ਓ ਪ੍ਰੀਤ ਗੋਬਿੰਦ ਸੇ ਉਡਾਕੀ ਜਾਕੀ ਪ੍ਰੀਤ ਗੋਬਿੰਦ ਸੇ ਉਡਾਕੀ ਜਾਕੀ ਪ੍ਰੀਤ ਗੋਬਿੰਦ ਸੇ ਉਡਾਕੀ ਜਾਕੀ ਪ੍ਰੀਤ ਗੋਬਿੰਦ ਸੇ ਉਡਾਕੀ ਮਿਲ ਪ੍ਰੀਤਮ ਦੁੱਖ ਕੱਟਿਆ ਸ਼ਬਦ ਮਿਲਾਵ ਹੋਵੇ ਸ਼ਬਦ ਮਿਲਾਵ ਹੋਵੇ ਮਿੱਤਰ ਬਨੇ ਸਾਥੀ ਮੇਰਾ ਦੁੱਖ ਕਾਟ ਹੋਵੇ ਮਿੱਤਰ ਕਨੇ ਕਰ ਥੱਕੀ ਮੇਰਾ ਦੁੱਖ ਕਾਟ ਹੋਵੇ ਜਿਹੜੇ ਇੱਦਾਂ ਦੇ ਸ਼ਬਦ ਨੇ ਨਾ ਵੱਡੇ ਵੱਡੇ ਇਹਦੇ ਵਿੱਚ ਇੱਕ ਸਾਵਧਾਨਤਾ ਰੱਖਣੀ ਪੈਂਦੀ ਕੰਟੀਨਿਊ ਬੋਲਦੇ ਰਹੋਗੇ ਇਹਨਾਂ 'ਤੇ ਟਕਾ ਬਣਿਆ ਰਹੇ ਜਿੱਥੇ ਬੋਲਣਾ ਛੱਡ ਦਿੱਤਾ ਮਨ ਦੌੜ ਗਿਆ ਫਿਰ ਆਲਸੀ ਹੋ ਜਾਂਦਾ ਮਨ ਇੱਕੋ ਹੀ ਸ਼ਬਦ ਗਾਈ ਜਾਂਦਾ ਅਤੇ ਜੇ ਨਾਲ ਬੋਲਦੇ ਰਹੇ ਤਾਂ ਫਿਰ ਉਹ ਦੂਨ ਸਵਾਈ ਖੇੜਾ ਆਈ ਜਾਂਦਾ ਕਿਉਂਕਿ ਗੁਰਬਾਣੀ ਜਿਹੜੀ ਹੈ ਇਹ ਖੇੜੇ ਦੇ ਸੁਭਾਅ ਦੀ ਹੈ ਇਹ ਆਨੰਦ ਦਿੰਦੀ ਹੈ ਆਲਸ ਤਾਂ ਹੈ ਹੀ ਨਹੀਂ ਇਹਦੇ ਵਿੱਚ ਜਦੋਂ ਵੀ ਆਲਸ ਆਉਂਦਾ ਨਾ ਸਾਨੂੰ ਅਸੀਂ ਸੁਰਤ ਦਾ ਕਟੋਰਾ ਜਿਹੜਾ ਉਹ ਕਿਨਾਰੇ ਕਰ ਲੈਂਦੇ ਹੁਣ ਜਿਹੜਾ ਸੁਰਤ ਦਾ ਕਟੋਰਾ ਅਗਰ ਬਾਣੀ ਦੇ ਥੱਲੇ ਰਹੇਗਾ ਨਾ ਫਿਰ ਤਾਂ ਭਰੀ ਜਾਏਗਾ ਜੇ ਸੁਰਤ ਦਾ ਕਟੋਰਾ ਪਾਸੇ ਕਰ ਲਿਆ ਤਾਂ ਫਿਰ ਇਹਨੇ ਅਵੇਸਲੇ ਹੋ ਜਾਣਾ ਸ਼ਿਆਮ ਸੁੰਦਰ ਤਜ ਨੀਂਦ ਕਿਉਂ ਆਈ ਫਿਰ ਅਵੇਸਲਾ ਹੋ ਗਿਆ ਫਿਰ ਮਾਇਆ ਦੇ ਮੋਹ ਵਿੱਚ ਧਿਆਨ ਚਲਾ ਗਿਆ ਵੀ ਉੱਥੇ ਉਹ ਕੰਮ ਰਹਿੰਦਾ ਉੱਥੇ ਉਹ ਕੰਮ ਵੱਡੇ ਸ਼ਬਦਾਂ ਦਾ ਗਾਇਨ ਕਰਨਾ ਅਤੇ ਸੁਣਨਾ ਇਹੀ ਹੈ ਲਗਾਤਾਰ ਬੋਲੀ ਜੋ ਮਨ ਕਰੇ ਨਾ ਕਰੇ ਖੇੜਾ ਤਾਂ ਖੇੜਾ ਚੜ੍ਹੀ ਜਾਏਗਾ ਬੋਲਣਾ ਰੁਕਣਾ ਨਹੀਂ ਕਿਤੇ ਵੀ ਨਹੀਂ ਰੁਕਣਾ ਇਹ ਮਿੱਤਰ ਖਨੇਰੇ ਕਰ ਥੱਕੀ ਮੇਰਾ ਮੇਰਾ ਦੁੱਖ ਕਾਟੇ ਕੋ ਮਿਲ ਪ੍ਰੀਤਮ ਦੁੱਖ ਕੱਟਿਆ
प्रीतम दुख कटिया, मिल प्रीतम दुख कटिया, मिल प्रीतम दुख कटिया, मिल प्रीतम दुख कटिया, शब्द मिला होए, हाँ शब्द मिला होए, मित्र कनेरे कर थकी, मेरा दुख काटे को मित्र कने रे कर थकी, मेरा दुख काटे कोई, जब ते शरण तुम्हारी आए, जब ते शरण तुम्हारी आए, तब ते दुख गए आपे वेल ले, आपे वेल ले, आपे वेल ले, आपे वेल ले, जब ते शरण तुम्हारी आए, जब ते शरण तुम्हारी आए, तब ते दुख गए आपे वेल ले, आपे वेल ले, आपे वेल ले, आपे वेल ले, जब ते शरण तुम्हारी आए, जब ते शरण तुम्हारी आए, तब ते दुख गए आपे वेल ले, आपे वेल ले, आपे वेल ले, आपे वेल ले, जप जप नाम तुम्हारो प्रीतम, 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 तुम्हारो प्रीतम, जप जप नाम तुम्हारो प्रीतम, जप नाम तुम्हारो प्रीतम, तन ते रोग के, तन
जब ते शरण तुम्हारी आए, जब ते शरण तुम्हारी आए, तब ते दुख गए आपे मेल आपे मेल आपे मेल आपे शरण तुम्हारी आए, जब ते शरण तुम्हारी आए, तब ते दुख गए आपे मेल ले आपे मेल ले आपे मेल ले आपे मेल ले तजे अभिमान यार तिरूप बिरावे साता शराम पे जप जप नाम तुम्हारा पीतम जप जप नाम तुम्हारो पीतम
शरण तुम्हारी आए, जपते शरण तुम्हारी आए तब ते ठोक गए अपने मेल ले 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 बाणी गुरु गुरु है बाणी विच बाणी अमृत सारे बाणी गुरु गुरु है बाणी विच बाणी अमृत सारे बाणी बाणी कहे सेवक जनमाने सेवक जनमाने गुरबाणी कहे सेवक जनमाने सेवक जनमाने प्रताप गुरु निस्तारे प्रताप गुरु निस्तारे बाणी गुरु गुरु है बाणी विच बाणी अमृत सारे बाणी गुरु गुरु है बाणी विच बाणी अमृत सारे विच बाणी अमृत सारे विच बाणी अमृत सारे गुरु ग्रंथ साहिब सच्चे पातशाह तेरी अकथ कथा कथन न जाए। देखो सब तो वड्डा अज पता की प्रॉब्लम आई पई है, हर बंदा गुरबाणी दे अर्थ करन नूं फिरदा। गल ते ठीक सी, गुरबाणी गाउणी भी है सुननी भी है ते समझनी भी है, पर उन समझ ते हर बंदे दी एक लिमिट तकन है ना। हर बंदा अर्थ कर रहा, बड़ी प्यारी बात है। मस्कीन जी कहने 200 स्टीक जपजी साहब दे निकल, उन्होंने देखे होणगे, मैं तो बात सुनी है उन्होंने मुख। 200 ते 200 आपस च मेल नहीं खाते, जे लड़ाई करन ते 200 आपस च लड़ते हैं। यही हो रहा अज, असी उहदे अर्थ करने चाहते हाँ जिहदे अर्थ कर नहीं सकते पूरे। भी ठीक है, समुंदर वगदा है, जिन्नी कि तेरी प्यास है बुझाला है, तो जे तू समुंदर पीन की कोशिश करेगा फिर तेरा हाल की होना। ठीक है, गुरबाणी दे अर्थ करने तेनों जीवन वास्ते आसरा चाहिए, कुछ पता होवे ते बंदा इमोशंस पैदा करता है। पर मेरा एक होर भी कहना जी, जे अभ्यास किया जाए गुरमंत्र का जोड़ा पांच प्यार सानू दिता,
ਤੇ ਗੁਰਬਾਣੀ ਦੇ ਅਰਥ ਆਪਣੇ ਆਪ ਆਪਣੀ ਭਾਵਨਾ ਵਿੱਚ ਪੈਦਾ ਹੁੰਦੇ। ਇੱਕ ਤਾਂ ਪੜ੍ਹੇ ਲਿਖੇ ਅਰਥ ਨੇ ਜਿਹੜੇ ਅਸੀਂ ਸਟੀਕ ਵਿੱਚ ਪੜ੍ਹਦੇ ਹਾਂ, ਜ਼ਿਆਦਾਤਰ ਖਤਰਨਾਕ ਇਕੱਲੇ, ਅਗਰ ਇਕੱਲਾ ਸਟੀਕ ਪੜ੍ਹੇਗਾ ਨਾ ਜ਼ਿਆਦਾ ਖਤਰਨਾਕ ਹੋ ਜਾਏਗਾ, ਕਿਉਂਕਿ ਉਹ ਦਿਮਾਗੀ ਵਿਦਵਾਨ ਹੁੰਦਾ। ਅਤੇ ਜੇ ਕਿਤੇ ਉਹ ਅਭਿਆਸੀ ਹੋ ਗਿਆ ਨਾਮ ਦਾ ਵੀ, ਤਾਂ ਉਹ ਅਨੁਭਵੀ ਹੋ ਜਾਂਦਾ ਨਾਲ ਨਾਲ ਪੜ੍ਹਾਈ ਦੇ ਨਾਲ ਨਾਲ ਪ੍ਰੈਕਟੀਕਲੀ ਉਹ ਜੀਵਨ ਨੂੰ ਜੀ ਰਿਹਾ, ਤਾਂ ਉਹਨੂੰ ਕਹਿੰਦੇ ਨੇ ਅਨੁਭਵੀ। ਅਨੁਭਵੀ ਬੰਦਾ ਨਾ ਕਦੀ ਵੀ ਦਾਵਾ ਨਹੀਂ ਕਰਦਾ ਇਹ ਗੱਲ ਹੀ ਠੀਕ ਹੈ ਦੂਜੀ ਖਰਾਬ ਹੈ। ਜਿਹੜਾ ਦਿਮਾਗੀ ਵਿਦਵਾਨ ਹੈ ਨਾ ਉਹ ਦਾਵਾ ਕਰ ਦਿੰਦਾ ਵੀ ਮੈਂ ਠੀਕ ਕਹਿ ਰਿਹਾ ਤੂੰ ਗਲਤ ਕਹਿ ਰਿਹਾ। ਜਿਹੜਾ ਅਨੁਭਵ ਵਾਲਾ ਹੈ ਨਾ ਉਹਨੂੰ ਪਤਾ ਇੰਨਾ ਵੱਡਾ ਸਮੁੰਦਰ ਹੈ, ਜੇ ਮੇਰੀ ਪਿਆਸ ਬੁਝਾ ਵੀ ਦਿੱਤੀ ਸੂ, ਇੱਦਾਂ ਨਹੀਂ ਹੈ ਕਿ ਬਈ ਦੂਜੇ ਦਿਨ ਹੀ ਬੁਝਾਏਗਾ, ਜਾਂ ਦੂਜੇ ਨੇ ਕਿਹਾ ਬਈ ਪਾਣੀ ਦੂਜੇ ਪ੍ਰਦੇਸ਼ ਵਿੱਚ ਵੀ ਜਾਂਦਾ, ਉਹ ਮੰਨ ਲੈਂਦਾ, ਉਹ ਦਾਵਾ ਨਹੀਂ ਕਰਦਾ, ਉਹ ਸ਼ੁਕਰਾਨੇ ਵਿੱਚ ਆ ਜਾਂਦਾ ਵੀ ਤੇਰੀ ਕਿਰਪਾ ਹੋਈ ਤੇ ਮੈਂ ਕੁਛ ਬਣਿਆ। ਅੱਜ ਦੀ ਪ੍ਰੋਬਲਮ ਇਹ ਕੀ ਸ਼ਬਦ ਹੈ, ਸੁਣਨ ਵਾਲਾ ਕਹਿੰਦਾ ਉਹਨੇ ਤੇ ਉਹ ਕਿਹਾ ਸੀ, ਤੁਸੀਂ ਇਹ ਕਹਿੰਦੇ ਹੋ, ਗੱਲ ਕਿਹੜੀ ਠੀਕ ਹੈ? ਉਹ ਦੁਬਦਾਈ 'ਚ ਪੈ ਜਾਂਦਾ, ਉਹ ਫੋਲੋ ਕਰਨ ਦੀ ਜਗ੍ਹਾ ਨਾ ਉਹਦਾ ਦਿਮਾਗ 'ਚ ਚੱਲਦਾ ਰਹਿੰਦਾ ਵੀ ਕਿਹੜਾ ਠੀਕ ਹੈ। ਜੇ ਕਿਤੇ ਉਹ ਅਭਿਆਸੀ ਹੋ ਜਾਏ ਨਾ ਨਾਮ ਦਾ, ਤੇ ਖੁਦ ਗੁਰੂ ਗ੍ਰੰਥ ਸਾਹਿਬ ਕੋਲ ਅਰਦਾਸ ਕਰਕੇ ਬੈਠਣ ਲੱਗ ਪਵੇ, ਖੁਦ ਸਾਂਝ ਪਾ ਲਵੇ, ਦੋਸਤੀ ਕਰ ਲਵੇ ਗੁਰੂ ਗ੍ਰੰਥ ਸਾਹਿਬ ਜੀ ਨਾਲ, ਤੇ ਉਹਦੇ ਅੰਦਰੋਂ ਅਰਥ ਪੈਦਾ ਹੋਣਗੇ, ਉਹ ਉਹਦੇ ਜੀਵਨ ਦਾ ਆਸਰਾ ਬਣ ਜਾਣਗਾ। ਕਿਉਂਕਿ ਗੁਰਬਾਣੀ ਪੂਰੀ ਹੈ, ਅਧੂਰੀ ਨਹੀਂ ਹੈ। ਕੋਲ ਬੈਠਣ ਵਾਲੇ ਨੂੰ ਥੋੜ੍ਹੇ ਥੋੜ੍ਹੇ ਚਿਰ ਬਾਅਦ ਅਨੁਭਵ ਪੈਦਾ ਹੋ ਜਾਂਦਾ, ਵਾਈਬ੍ਰੇਸ਼ਨ ਹੁੰਦੀ, ਜਿਵੇਂ ਮਾਂ ਕੋਲ ਬੈਠ ਕੇ ਨਾ ਵਾਈਬ੍ਰੇਸ਼ਨ ਮਿਲਦੀ ਹੈ ਨਾ। ਹਰ ਕਿਸੇ ਕੋਲ ਤਾਂ ਬੈਠ ਕੇ ਨਹੀਂ ਮਾਂ ਵਾਲਾ ਪਿਆਰ ਮਿਲ ਸਕਦਾ ਨਾ। ਪਿਓ ਦੀ ਗੋਦ, ਪਿਓ ਦਾ ਹੱਥ ਫੜਨਾ, ਪਿਓ ਦਾ ਗਲੇ ਲਾਉਣਾ, ਹਜ਼ਾਰੋ ਬੰਦੇ ਗਲੇ ਲਾਉਂਦੇ ਨੇ, ਪਰ ਪਿਓ ਗਲੇ ਲਾਵੇ ਤਾਂ ਕੁਛ ਵੱਖਰੀ ਬਾਤ ਹੁੰਦੀ, ਮਾਂ ਗਲੇ ਲਾਵੇ ਝੋਲੀ 'ਚ ਪਾਵੇ ਉਹ ਹੋਰ ਗੱਲ ਹੁੰਦੀ, ਜੇ ਉਹ ਮਾਤਾ ਬਾਲ ਲਪਟਾਵੇ ਤੇ ਉਹ ਗਿਆਨੀ ਨਾਮ ਕਮਾਵੇ। ਹਰ ਬੰਦਾ ਨਹੀਂ ਇੱਦਾਂ ਹੀ ਹੈ। ਗੁਰੂ ਗ੍ਰੰਥ ਸਾਹਿਬ ਜੀ ਕੋਲ ਜਿਉਂ ਜਿਉਂ ਅਸੀਂ ਬੈਠਦੇ ਹਾਂ, ਐਸਾ ਪਿਆਰ ਮਿਲਦਾ ਜਿਹੜਾ ਕਦੀ ਵੀ ਨਹੀਂ ਮਿਲ ਸਕਦਾ, ਕਿਸੇ ਕੋਲੋਂ ਨਹੀਂ ਮਿਲ ਸਕਦਾ। ਮਿੱਤਰ ਕਨੇਰੇ ਕਰ ਥੱਕੀ, ਨੇਰਾ ਦੁੱਖ ਘੱਟ ਹੈ ਕੋਏ, ਮਿਲ ਪ੍ਰੀਤਮ ਦੁੱਖ ਕੱਟਿਆ, ਸ਼ਬਦ ਮਿਲਾਵਾ ਹੋਏ। ਸ਼ਬਦ ਨਾਲ ਸਾਂਝ ਪਾਉਣੀ ਹੈ, ਸ਼ਬਦ ਦਿਮਾਗ ਤੱਕ ਪਹੁੰਚ ਬਣਾਉਂਦਾ ਜ਼ਰੂਰ ਹੈ, ਪਰ ਐਂਡ ਨਹੀਂ ਹੈ। ਗਾਉਣਾ, ਸੁਣਨਾ, ਸਮਝਣਾ ਅੱਗੋਂ ਵੀ ਹੈ, ਉਹਦੀ ਤਸੀਰ ਹੁੰਦੀ ਹੈ, ਉਹਦੀ ਵਾਈਬ੍ਰੇਸ਼ਨ ਹੁੰਦੀ ਹੈ। ਕਈ ਵਾਰੀ ਨਹੀਂ ਵੀ ਸਮਝ ਆਉਂਦਾ ਨਾ, ਕਈ ਵਾਰੀ ਕਿਸੇ ਨੂੰ ਅਰਥ ਨਹੀਂ ਸਮਝ ਆਉਂਦਾ, ਪਰ ਉਹ ਬੜਾ ਆਨੰਦ ਲੈਂਦਾ ਸ਼ਬਦ ਦਾ, ਕਹਿੰਦਾ ਪਤਾ ਨਹੀਂ ਕੀ ਬਾਤ ਹੈ। ਮੇਰੇ ਕੋਲ ਕਈ ਬੱਚੇ ਆਉਂਦੇ ਨੇ ਜਿਹੜੇ ਕਹਿੰਦੇ ਨੇ ਪਤਾ ਨਹੀਂ ਕੀ ਮਿਲਦਾ ਸਾਨੂੰ ਸ਼ਬਦ ਸੁਣਨ ਨਾਲ, ਇੰਨਾ ਆਨੰਦ ਮਿਲਦਾ, ਸਾਨੂੰ ਨਹੀਂ ਪਤਾ ਇਹਦਾ ਅਰਥ ਕੀ ਹੈ, ਪਰ ਇੱਦਾਂ ਲੱਗਦਾ ਵੀ ਰਸ ਹੈ। ਉੱਥੇ ਇਹ ਪਤਾ ਲੱਗਦਾ ਵੀ ਡਾਕਟਰ ਨੇ ਦਵਾਈ ਦਿੱਤੀ ਹੈ, ਦਵਾਈ ਵਿੱਚ ਕੀ ਪਿਆ ਸਾਨੂੰ ਥੋੜ੍ਹਾ ਨਾ ਪਤਾ, ਪਰ ਕਈ ਵਾਰੀ ਦਵਾਈ ਖਾਣ ਨਾਲ ਸਾਡਾ ਰੋਗ ਠੀਕ ਹੋ ਜਾਂਦਾ, ਅਸੀਂ ਕਹਿੰਦੇ ਹਾਂ ਥੈਂਕਸ ਡਾਕਟਰ ਤੁਸੀਂ ਮੈਨੂੰ ਦਵਾਈ ਦਿੱਤੀ ਹੈ। ਕਿਹੜੀ ਦਿੱਤੀ ਹੈ ਤੁਸੀਂ ਜਾਣੋ, ਪਰ ਦਵਾਈ ਦਾ ਅਸਰ ਬੜਾ ਤਕੜਾ ਸੀ। ਇੱਦਾਂ ਦੀ ਵੀ ਬਾਤ ਹੁੰਦੀ, ਕਈ ਵਾਰੀ ਨਹੀਂ ਵੀ ਸਮਝ ਆਵੇ ਅਸਰ ਪੂਰਾ ਕਰਦਾ, ਅਸਰ ਪੂਰਾ ਕਰਦਾ। ਔਖਦ ਹਰਕਾ ਨਾਮ ਹੈ ਜਿਤ ਰਹੋ ਨਾ ਵਿਆਪੈ। ਗੁਰੂ ਕਿਰਪਾ ਕਰੇ, ਸਾਰੇ ਗਾਓ ਜੀ। ਮਿੱਤਰ ਖਨੇਰੇ ਕਰ ਥੱਕੀ, ਮੇਰਾ ਦੁੱਖ ਕਟੈ ਕੋਏ, ਮਿੱਤਰ ਖਨੇਰੇ ਕਰ ਥੱਕੀ, ਮੇਰਾ ਦੁੱਖ ਕਟੈ, ਮਿਲ ਪ੍ਰੀਤਮ ਦੁੱਖ ਕੱਟਿਆ, ਮਿਲ
गल पक्की जे दे दुख नहीं कटेगा एदा मतलब प्रीतम नू मिले नहीं असी। ए नहीं कहना भई मैं मिलिया सी ते दुख नहीं कटिया गया, ए हो ही नहीं सकता, इम्पॉसिबल। जे मिलेगा ते दुख जरूर कटिया जाएगा। मिल प्रीतम दुख कटिया, मिल प्रीतम कटिया, शब्द मिला होए, शब्द मिला हो मित्र कनेरे कर सकी, मेरा दुख का। थोड़ी देर तुसी सारे गाओ, मैं सुनना। मित्र कनेरे Thank you.
बोले सोन निहाल। वीर जी का बहुत बहुत धन्यवाद। धन धन साहब श्री गुरु ग्रंथ साहब जी की वीर जी ते अपार बख्शिश रहमत है। एक बेनती सारी संगत नूं अज जिथे असी अपनी अरदास करके जानी है उत्थे वीर जी लई भी अरदास करिया करो। गुरु साहिब वीर जी नूं चढ़दी कला रख के सारी संगतां नूं इसी तरह ही उस अकाल पुरख वाहिगुरु गुरबाणी दे लाल लाई रखन। वीर जी की क्वालिटी की गल हुण एक भैन जी बार किरत करन वाले भैन जी ने उन्हां दी बच्ची का आनंद कारज है नवंबर च। बेनती कर रहे सन कि वीर जी अंदर अनाउंसमेंट कर दिओ ते मैं चांस की गल सामने वीर जी बाहर आ रहे सी ते मैं वीर जी नाल ही इस गल की सांझ की ते वीर जी ने मना किया कि इत्थे अनाउंसमेंट करन दी लोड़ नहीं। वाहिगुरु सब दे पर्दे ढके रखे उस भैन जी की बच्ची दी साडी सभना दी सांझी बच्ची है। असी आपस में मिल के ही इस तरह के कार्य बहुत पे हैं ते वीर जी दी क्वालिटी है अपनी दसवंत दे नाल आप संतां दी संत भी इसी चंगे कमां पासे लांदे हन। सो मैं बेनती करांगा सारी संगतां नूं अपनी अरदास दे नाल इस क्वालिटी दे करके वीर जी नूं आप गुरु चरणां दे नाल जोड़न दे नाल नाल सोशल वी सेवा जिहड़ी है ओह वीर जी आप ही तनो बनो तनो इह करदे रहिंदे हन। वीर जी दी चढ़दी कला लई अरदास बनदी है ते करिया वी करो। वीर जी सारी संगतां दा दूरों नेड़ों चढ़ के आई सारी संगतां दा प्रबंधक कमेटी क्वाट वालों सब दा धन्नवाद। बेनती करांगा वीर जी नूं आनंद साहिब दा पाठ करो। राम कली महला तीजा आनंद एको ओंकार सतगुर प्रसाद।